ਸਾਥੀਓ ਪੰਜਾਬ ਤੋਂ ਲੈ ਕੇ ਅੰਦੋਲਨ ਜੇ ਕਹ ਜੀਏ ਪੰਜਵੇਂ ਮਹੀਨੇ ਚ ਪੈਰ ਧਰਨ ਜਾ ਰਿਹਾ ਹੈਗਾ ਦੋ ਮਹੀਨੇ ਅੰਦੋਲਨ ਪੰਜਾਬ ਦੇ ਵਿੱਚ ਚੱਲੇਗਾ ਤੇ ਦੋ ਮਹੀਨੇ ਸਾਨੂੰ ਦਿੱਲੀ ਦੀਆਂ ਸਰਹੱਦਾਂ ਤੇ ਉੱਤੇ ਬੈਠਿਆ ਨੂੰ ਹੋਵੇਗਾ ਜਿਹੜਾ ਪਿਛਲੇ ਦੋ ਮਹੀਨੇ ਅੰਦੋਲਨ ਦੇ ਵਿੱਚ ਮੈਂ ਕਿਹ ਕਹੂੰਗਾ ਬਹੁਤ ਵੱਡੀ ਜੋ ਲੋਕਾਂ ਨੇ ਹਿੱਸਾ ਪਾਇਆ ਯੋਗਦਾਨ ਪਾਇਆ ਹੈ ਇਹ ਲੰਗਰ ਵੱਲੋਂ ਚਾਹੇ ਕਾਸ਼ੇ ਵੱਲੋਂ ਬਹੁਤ ਜ਼ਿਆਦੇ ਪੈਸੇ ਵੱਲੋਂ ਤੇ ਖਰਾਕ ਵੱਲੋਂ ਬਹੁਤ ਜ਼ਿਆਦੇ ਲੋਕਾਂ ਦਾ ਸਮੂਲੀਅਤ ਹੋਈ ਹੈ ਪਰ ਪਿਛਲੇ ਅਧੋਲਨ ਦੇ ਵਿੱਚ ਖੜਦੰਬ ਆਵਾਜ਼ ਵੀ ਜ਼ਿਆਦੇ ਰਹੇ ਨੇ ਜਿਹੜੇ ਹਰਦਮ ਚਾਉਣਾ ਉਹ ਵੀ ਰਹੇ ਨੇ ਰੌਲਾ ਪਾਉਣਾ ਸਾਰਾ ਕੁਝ ਕਰਨਾ ਅਧੋਲਨ ਇੱਕ ਮੇਲਾ ਬਣਾਤਾ ਸੀ ਸერიਅਸ ਨਹੀਂ ਸੀਗਾ ਅਸਲ ਸਾਡਾ ਅਧੋਲਨ ਇਸ 26 ਤਰੀਕ ਤੋਂ ਸ਼ੁਰੂ ਹੋਇਆ ਜਿਹੜੀ ਅਸੀਂ ਮਤਲਬ ਪਰੇਡ ਕਰਨੀ ਸੀਗੀ ਜੋ ਮਤਲਬ ਭਾਰਤ ਦਾ ਸੁਭਦਾਨ ਲਾਗੂ ਹੋਇਆ ਮੇਰਾ ਖਿਆਲ ਹੈ ਜੀ 100 ਸਾਕਨ ਦਿਨ ਤੇਗਾ ਅੱਗੇ ਇਕੱਲੀ ਸਰਕਾਰ ਮਨਾਉਂਦੀ ਹੁੰਦੀ ਅਫਸਰ ਸ਼ਾਹੀ ਮਨਾਉਂਦੀ ਹੁੰਦੀ ਐਤਕੀ 26 ਜਨਵਰੀ ਅਸੀਂ ਮਤਲਬ ਸਾਰੇ ਭਾਰਤ ਦੇ ਮਜ਼ਦੂਰਾਂ ਨੇ ਕਿਸਾਨਾਂ ਨੇ ਔਰਤਾਂ ਨੇ ਵਿਦਿਆਰਥੀਆਂ ਨੇ ਰਲ ਕੇ ਅਸੀਂ ਪਰੇਡ ਕਰਨੀ ਸੀਗੀ ਪਰ ਸਰਕਾਰ ਇਸ ਗੱਲ ਤੋਂ ਪਰੇਸ਼ਾਨ ਤੇਗੀ ਕਿ ਪਰੇਡ ਕਰਨ ਦੇਣੀ ਨਹੀਂ ਮੀਟਿੰਗਾਂ ਵੀ ਹੁੰਦੀਆਂ ਨੇ ਸਰਕਾਰ ਨਾਲ ਵੀ ਮੀਟਿੰਗਾਂ ਹੋਈਆਂ ਤੇ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਰਸਤੇ ਬਾਰੇ ਖਾਸੀ ਮਤਲਬ ਕਿਹੜੇ ਪਾਸੇ ਦੀ ਰਿਡ ਕੀਤੀ ਜਾਵੇ ਬਾਕੇ ਦੇ ਪ੍ਰਸ਼ਾਸਨ ਦੇ ਨਾਲ ਤਏ ਹੋ ਕੇ ਸਾਨੂੰ ਪੰਜ ਰਸਤੇ ਦਿੱਤੇ ਗਏ ਜਿਹੜਾ ਇੱਕ ਰਸਤਾ ਘਟੂ ਘਟ 100 ਕਿਲੋਮੀਟਰ ਤਾਇ ਕਰਦਾ ਦੀਗਾ ਤੇ ਸਾਰਾ ਕੁਝ ਤਏ ਹੋ ਕੇ ਸਮਾਂ ਤੈ ਹੋ ਗਿਆ ਕਿ 10 ਵਜੇ ਮਾਰਚ ਕਰਨਾ ਪਰ ਜਿਹੜੇ ਲੋਕ ਕੁਝ ਅਧੂਲਨ ਨੂੰ ਖਰਾਬ ਕਰਨਾ ਚਾਹੁੰਦੇ ਸੀ ਤਾਕਤਾਂ ਸਰਕਾਰ ਨੇ ਲੰਮੇ ਸਮੇਂ ਤੋਂ ਤਿਆਰ ਕਰੀਆਂ ਦੀਆਂ ਉਹਨਾਂ ਨੇ ਨਾ ਕਾਮੇ ਰਖਾ ਲਵੀ 8 ਵਜੇ ਤੋਂ ਪਹਿਲਾਂ ਹੀ ਥੋੜ੍ਹ ਕੇ ਤਿਆਰੀ ਕਰਤੀ ਆਪਦੀ ਸਾਡੀਆਂ ਜਥੇਬੰਦੀਆਂ ਦਾ ਪ੍ਰੋਗਰਾਮ ਹੈਗਾ ਤੇ ਜਿਹੜਾ 40 ਜਥੇਬੰਦੀਆਂ ਦਾ ਵੀ ਅਸੀਂ ਆਪਦਾ 10 ਵਜੇ ਤੋਂ ਰਾਂਗੇ ਪਰ ਫਿਰ ਸਾਡੇ ਕਿਸਾਨਾਂ ਨੂੰ ਵੀ ਇਸ ਗੱਲ ਦੀ ਕਾਹਲ ਹੋ ਗਈ ਗਾਹਾਂ ਜਿਹੜੀ ਮਾੜੀ ਗੱਲ ਹੋਈ ਜਿਹੜੇ ਰਸਤੇ ਨਹੀਂ ਅਸੀਂ ਅਧੂਲਣ ਲਿਜਾਣਾ ਚਾਹੁੰਦੇ ਸੀਗੇ ਉਧਰ ਅਧੂਲਣ ਨਹੀਂ ਗਿਆ ਪਰ ਜਿੰਨੇ ਕਿ ਸਾਡੇ ਕਿਸਾਨ ਸਾਡੇ ਆਖੇ ਲੱਗਦੇ ਸਾਡੀ ਗੱਲ ਮੰਨਦੇ ਸਾਡੇ ਵਰਕਰ ਤੇ ਪੱਕੇ ਉਹ ਸਾਡੇ ਨਾਲ ਗਏ ਦੂਜਾ ਜਿਹੜੇ ਕਾਗਤਾਂ ਤਿਆਰ ਕਰੀਆਂ ਹੋਈਆਂ ਦੀਆਂ ਉਧਰ ਨੂੰ ਲਗੇ ਸਾਡੇ ਪੰਜਾਬ ਦੇ ਵਿੱਚ ਜੋ ਸ਼ੁਰੂ ਦੋਲਣਾ ਜਦੋਂ ਤੋਂ ਸ਼ੁਰੂ ਹੋਇਆ ਨਾ ਅਸੀਂ ਲਾਲ ਕਿਲੇ ਤੇ ਝੰਡਾ ਚੜਾਉਣਾ ਸੀ ਨਾ ਚੜਾਉਣਾ ਇਹ ਗੱਲ ਅਸੀਂ ਸਾਰੇ ਸਮਝਦੇ ਆਂ ਜੇ ਇੱਕ ਧਰਮ ਦਾ ਝੰਡਾ ਚੜੂਗਾ ਦੂਜੇ ਧਰਮ ਦਾ ਚੜੂਗਾ ਸਾਰੇ ਧਰਮਾਂ ਵਾਲੇ ਝੰਡੇ ਚੜਾਉਣਗੇ ਨਹੀਂ ਲਾਲ ਕਿਲਾ ਇੱਕ ਕੌਮੀ ਕਿਲਾ ਹੈ ਉਹ ਉੱਥੇ ਕੌਮੀ ਝੰਡੇ ਚੜ੍ਹਨਾ ਚਾਹੀਦਾ ਪਰ ਉਹ ਜਿਹੜੇ ਮੋਰੇ ਤਾਕਤਾਂ ਲੱਗੀਆਂ ਦੀਆਂ ਉਹਨਾਂ ਨੇ ਸਾਰਾ ਜਿਹੜੇ ਦੋਲਣ ਸਾਡੇ ਪਾਸੇ ਲਿਆਉਣ ਦੇ ਸਰਕਾਰ ਦੀ ਮਿਲੀ ਭੁਗਤਣਾ ਇਸੇ ਗੱਲ ਤੇ ਮੋਦੀ ਤੇ ਸ਼ਾਹ ਦੋਨੇ ਲੱਗੇ ਹੋਏ ਸੀ ਵੀ ਦੋਲੋਂ ਨੂੰ ਇਸ ਰਸਤੇ ਪਾਇਆ ਜਾਵੇ ਦੋਲੋਂ ਨੂੰ ਬਦਨਾਮ ਕੀਤਾ ਜਾਵੇ ਉਹ ਇਸ ਗੱਲ 'ਚ ਕੋਈ ਕਾਹਦਾ ਕੰਮ ਜਾਵੋਗੇ ਕਿਵੇਂ ਕੰਮਜਾਬ ਹੋਗੇ 50 ਸਾਡੇ ਟਰੈਕਟਰ ਪਤਾ ਨਹੀਂ ਕਿੱਥੇ ਨੇ ਅਜੇ ਉਹਨੂੰ ਨਹੀਂ ਪਤਾ ਕਿੱਧਰ ਗਿਆ ਦੋ 250 ਸਾਡਾ ਨੌਜਵਾਨ ਪਤਾ ਨਹੀਂ ਹਜੇ ਕਿੱਥੇ ਆ ਕੀ ਹਾਲਾਤ ਆ ਉਹਨਾਂ ਦੀ ਤੇ ਦੋ ਨੌਜਵਾਨ ਸਾਡੇ ਸ਼ਹੀਦ ਹੋ ਗਏ ਉਹ ਜਿਹੜੇ ਤਾਕਤਾਂ ਮੋਰੇ ਲੱਗੀਆਂ ਮੈਂ ਕਹਿੰਦਾ ਉਹਨਾਂ ਦੇ ਕਾਤਲ ਉਹ ਜ਼ਿੰਮੇਵਾਰ ਆ ਤੇ ਜਿਹੜਾ ਖਾਸ ਕਰਕੇ ਪ੍ਰਧਾਨ ਮੰਤਰੀ ਸ਼ਾਹ ਜ਼ਿੰਮੇਵਾਰ ਰਗਾ ਉਦੋਂ ਨੌਜਵਾਨਾਂ ਦਾ ਕਾਤਲ ਪਰ ਫਿਰ ਵੀ ਸਿਆਣੀ ਲੀਡਰਸ਼ਿਪ ਨੇ ਆਪਦੇ ਦੂਲੂ ਨੂੰ ਸਾਹਮਣ ਲਿਆ ਇਹਨੂੰ ਅਸੀਂ ਸਹੀ ਕਿਵੇਂ ਸਮਝਦੇ ਆ ਜਿੱਥੋਂ ਦੀ ਸਾਡੀ ਲੀਡਰਸ਼ਿਪ ਨੇ ਰਾਹ ਲਿਆ ਤੀਗਾ ਉੱਥੇ ਲੋਕਾਂ ਨੇ ਫੋਲੋਅਰ ਬਸਾਏ ਖਾਣੇ ਖਵਾਏ ਬਹੁਤ ਠੰਡਾ ਪਿਆਇਆ ਚਾਹ ਪਿਆਈ ਪੂਰਾ ਸਾਡਾ ਮਾਨਤਾਨ ਕਰਿਆ ਤੇ ਜਿਹੜੇ ਪਾਸੇ ਮਾਰੀਆਂ ਤਾਕਤਾਂ ਸਾਡੇ ਦੂਲੂ ਨੂੰ ਲਗੀਆਂ ਉੱਥੇ ਲੋਕਾਂ ਤੇ ਡੰਡੇ ਪਏ ਦੋ ਨੌਜਵਾਨ ਸ਼ਹੀਦ ਹੋਏ ਟਰੈਕਟਰ ਫੁੱਟੇ ਦੋ ਢਾਈ ਸੌ ਨੌਜਵਾਨ ਲਾਪਤਾ ਅਜੇ ਕਭ ਨਹੀਂ ਕਿੱਥੇ ਆ ਉਹਦੇ ਬਾਰੇ ਸਾਨੂੰ ਪਤਾ ਨਹੀਂਗਾ ਇਹ ਵੱਡਾ ਨੁਕਸਾਨ ਹੋਇਆ ਅਗਲੀ ਗੱਲ ਮੈਂ ਕਹਿਣਾ ਚਾਹਨਾਗਾ ਵੀ ਅਸੀਂ ਜੋ ਨੁਕਸਾਨ ਟਰੈਕਟਰਾਂ ਦਾ ਹੋਇਆ ਜਾਂ ਸਾਡੇ ਨੌਜਵਾਨਾਂ ਦੀ ਜਾਨ ਬਾਨੀ ਦਾ ਕਰੋਣੀਆ ਕੋਈ ਵੀ ਪੈਸਾ ਖਰਚ ਹੋਊਗਾ ਤਾਂ ਅਸੀਂ ਉਹ ਮਤਲਬ ਸਾਰਾ ਸਾਡੀਆਂ ਜਥੇਬੰਦੀਆਂ ਪੈਸਾ ਖਰਚ ਕਰਨਗੀਆਂ ਤੇ ਆਪਣਾ ਜਿਹੜੇ ਪਰਿਵਾਰਾਂ ਦੇ ਦੋ ਨੌਜਵਾਨ ਸ਼ਹੀਦ ਹੋਏ ਨੇ ਮੈਂ ਸਾਰੀਆਂ ਜਥੇਬੰਦੀਆਂ ਬਦੋਂ ਦੁੱਖ ਸਾਂਝਾ ਕਰਦਾ ਦੁੱਖ ਰੋਣਾਗਾ ਉਹ ਬਹੁਤ ਇੱਕ ਮਾੜੀ ਗੱਲ ਹੋਈ ਹੈ ਕਰਨਾ ਹੋਈ ਹੈ ਨਹੀਂ ਹੋਣੀ ਚਾਹੀਦੀ ਇਸ ਗੱਲ ਕੇ ਅਗਲੀ ਗੱਲ ਸਰਕਾਰ ਨੇ ਸਾਰੇ ਹੱਥ ਕੰਡੇ ਬਣਾ ਲਏ ਸਾਡੇ ਦੋਲਨ ਫੇਲ ਕਰਦੇ ਮੈਂ ਘਰਾਂ ਬਈ ਘਰਾਂ ਮਸਟੇਜਾਂ ਤੇ ਬੋਲਦਾਂ ਲਾਜ਼ਮੀ ਵੀ ਉਹ ਸਰਕਾਰ ਨੇ 70% ਜੀ ਹਮਲਾ ਕਰ ਲਿਆ ਨਹੀਂ ਕਾਮਜਾ ਕੋਈ ਸਰਕਾਰ 80% ਹਮਲਾ ਕਰ ਲਿਆ ਫਿਰ ਮੈਂ ਬਾਕੇ ਦੇ ਨਾਂ ਲੈ ਕੇ ਬੋਲਿਆ ਵੀ ਵਿਰੋਧੀ ਧਿਰਾਂ ਨੇ ਵੀ ਸਾਡੇ ਤੇ 10% ਹਮਲਾ ਕੀਤਾ ਇੱਕ ਲੀਡਰ ਨੂੰ ਸਾਡੇ ਨੂੰ ਭਮਾ ਲਿਆ 18 ਘੰਟਿਆਂ ਦੇ ਵਿੱਚ ਅਸੀਂ ਆਉਂਦੀ ਸਥਿਤੀ ਉਹਨੇ ਗਰੀ 10% ਸਾਡੇ ਤੇ ਸਰਕਾਰ ਨੇ ਹੁਣ ਹਮਲਾ ਕੀਤਾ ਉਹ ਦੂਜੀਆਂ ਤਾਕਤਾਂ ਨੂੰ ਮੁਰੇ ਲਾ ਕੇ ਲਿਆ ਕੇ ਸਾਡੇ ਦੂਰ ਨੂੰ ਖਰਾਬ ਕਰਨ ਵਾਸਤੇ ਪਰ ਉਹ ਵੀ ਅਸੀਂ ਇੱਕ ਇੱਕ ਤਰ੍ਹਾਂ ਦਾ ਨਾਕਾਉ ਕਰਤਾ ਆਪ ਦੇ ਦੂਰੋਂ ਸਾਬ ਲਿਆ ਦੋਲਣ ਬਹੁਤ ਹੌਸਲੇ ਚੱਲ ਰਿਹਾ ਛਾਤਵੇਂ ਚੱਲਿਆ ਮੈਂ ਸਾਰੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਪੰਜਾਬ ਖਾਸ ਕਰਕੇ ਬਿਨਾਂ ਦੇ ਲੋਕਾਂ ਨੂੰ ਇਹ افਵਾਹ ਨੇ ਵੀ ਇੱਥੇ ਆ ਕੁਛ ਹੋ ਗਿਆ ਕਰਦੇ ਨੇ ਉਹ ਥੋੜਾ ਕਰਸ ਪਰ ਉਹਨੂੰ ਅਸੀਂ ਰੋਕ ਲਾਣਿਆ ਕਿ ਵੀ ਇਸ ਕਰਕੇ ਪੂਰਾ ਵਧੀਆ ਚੱਲਦਾ ਹੈ ਮੇਰੇ ਸਾਥੀਆਂ ਨੇ ਮੈਨੂੰ ਪੁੱਛਿਆ ਜੀ ਵੀ ਪ੍ਰਧਾਨ ਜੀ ਜੇ ਮਤਲਬ ਸਰਕਾਰ ਸਾਰੇ ਕੰਮ ਤੋਂ ਫੇਲ ਹੋਊਗੀ ਕੀ ਇਹ ਗੋਲੀ ਚਲਾਊਗੀ ਕਿਵੇਂ ਕਰੋਗੀ ਮੈਂ ਪਰ ਇੱਕ ਉਹਨਾਂ ਨੂੰ ਭਰੋਸਾ ਦਵਾਇਆ ਤੇ ਵੀ ਨਾ ਭਾਰਤ ਦੀ ਫੌਜ ਸਾਡੇ ਦੇ ਹਮਲਾ ਕਰੇ ਨਾ ਇਥੋਂ ਦੀ ਪੁਲਿਸ ਕਰੇ ਨਾ ਹਰਿਆਣਾ ਦੀ ਪੁਲਿਸ ਕਰੇ ਨਾ ਦਿੱਲੀ ਦੀ ਪੁਲਿਸ ਕਰੇ ਜਿਹੜਾ ਇਹਨਾਂ ਨੇ ਆਰਆਰਐਸ ਨੇ ਕਾ ਦਾ 25000 ਬੰਦਾ ਤਿਆਰ ਕੀਤਾਗਾ ਉਹ ਨਾਲ ਸਾਡੇ ਜੂ ਰੂਟ ਕਰਾਊਗਾ ਉਹਨਾਂ ਨੇ ਸ਼ੁਰੂ ਕਰਤਾ ਮੈਂ ਇਸ ਗੱਲ ਤੇ ਕਿਉਂ ਜਗੜਾ ਕਰਦਾਗਾ ਜਿੱਮੇ ਸਾਡਾ ਰਾਜਸਥਾਨ ਨਾਲ ਬਾਰਡਰ ਹੈ ਜਿਹੜਾ ਹਜ਼ਾਰ ਨੌਜਵਾਨ ਸਾਡਾ ਗਾਂ ਹੋਇਆ ਸੀ ਇਹਨਾਂ ਦੇ ਗੁੰਡਿਆਂ ਨੇ ਜਾ ਕੇ ਉੱਥੇ ਹਮਲਾ ਕੀਤਾ ਦੂਜੇ ਸਾਡੇ ਨੇ ਨਿਮਾਗਰ ਬੈਠੇ ਸੀ ਉਹਨਾਂ ਨੂੰ ਬਚਾਇਆ ਤਾਂ ਉਸ ਕਰਕੇ ਉੱਥੇ ਹਮਲਾ ਕੀਤਾ ਫੇਰ ਟਕਾਇਆ ਸਾਹ ਦੇ ਇਕੱਠੇ ਹੋ ਕੇ ਗਏ ਕੋਈ ਫੋਰਸ ਨਹੀਂ ਗਈ ਪੁਲਿਸ ਨਹੀਂ ਗਈ ਕੋ ਲੀਡਰ ਨਹੀਂ ਗਿਆ ਧਰਨਾ ਚੱਕਣ ਨੂੰ ਕਹਿਣ ਨੂੰ ਪਾ ਕੇ ਦੇ ਇਹਨਾਂ ਦੇ ਉਹੀ ਗੁੰਡੇ ਲੋਕ ਉੱਥੇ ਗਏ ਟਕੈਨ ਤੇ ਦਬਾਅ ਪਾਇਆ ਟਕੈਨ ਦੀ ਸੂਝ ਨੇ ਸੂਝ ਨੇ ਉਹਦੀ ਨੇਮਰ ਪੂਰਾ ਨਾਲ ਤਰੀਕੇ ਦੇ ਨਾਲ ਆਪਦੇ ਦੂਰ ਨੂੰ ਭਾਵਕ ਹੋ ਕੇ ਮੁੜ ਕੇ ਕੰਮ ਜਾਓ ਕਰ ਲਿਆ ਹੁਣ ਵੀ ਅੱਜ ਮੈਨੂੰ ਪਤਾ ਲੱਗਿਆਗਾ ਜਿਹੜੀ ਇੱਕ ਸਾਡੇ ਮਾਗਰ ਸਟੇਜ ਚੱਲਦੀ ਐ ਉਹ ਚਾਹੇ ਅਸੀਂ ਉਸ ਜਥੇਬੰਦੀ ਨਾਲ ਉਹ ਲੋਕਾਂ ਨਾਲ ਨਾਰਾਜ਼ ਨਹੀਂ ਹੈਗੇ ਅਸੀਂ ਲੀਡਰ ਉਹ ਜਿਹੜੇ ਗਲਤ ਰਸਤੇ ਪਾ ਕੇ ਲੈ ਗਏ ਅਸੀਂ ਕੱਲੇ ਉਹਨਾਂ ਦੇ ਲੀਡਰਾਂ ਨਾਲ ਨਾਰਾਜ਼ਾਂ ਵੀ ਦੋਲੋਂ ਨੂੰ ਗਲਤ ਬਾਸੇ ਲੈ ਗਏ ਜੇ ਆਰਆਰਐਸ ਵਾਲੇ ਸੋਚਣ ਜਿਹੜੋ ਕਿਸਾਨ ਬੈਠੇ ਨੇ ਉਹਨਾਂ ਤੇ ਹਮਲਾ ਕਰਾਂਗੇ ਅਸੀਂ ਮੂੰਹ ਤੋੜਵਾ ਜਵਾਬ ਦੇਵਾਂਗੇ ਉਸ ਤੇ ਜੇ ਦੋਨੋਂ ਨੂੰ ਪਾਸੇ ਲੈ ਜਾਣ ਵਾਲਾ ਧਨੇਰ ਹੈ ਦੋਲੋਂ ਨੂੰ ਪਾਸੇ ਲੈ ਜਾਣ ਵਾਲਾ ਮਤਲਬ ਦੂਜਾ ਉਹਨਾਂ ਦਾ ਪ੍ਰਧਾਨ ਹੈ ਤੇ ਜਿਹੜੇ ਲੋਕ ਲੜਨ ਵਾਲੇ ਨੇ ਉਹ ਤਾਂ ਸਾਡੇ ਨੇ ਨਾ ਕਿਤੇ ਇਹ ਨਾ ਕਿਤੇ ਮਤਲਬ ਗੱਤ ਹੀ ਮੰਨ ਜਿਓ ਜੇ ਸਾਨੂੰ ਦੇ ਖਿਲਾਫ ਬੋਲਦੇ ਆ ਦੋਨਾਂ ਲੀਡਰਾਂ ਦੇ ਖਿਲਾਫ ਬੋਲਦੇ ਆ ਮੈਨਾਂ ਨੇ ਸੌਦੇਬਾਜ਼ੀ ਕਰੀ ਐ ਪਰ ਜਿਹੜੇ ਲੋਕ ਨੇ ਥੱਲੇ ਉਹ ਸਾਡੇ ਨੇ ਜੇ ਤੁਸੀਂ ਉਹਨਾਂ ਦੇ ਇੱਕ ਡੰਡਾ ਮਾਰਾਂਗੇ ਫਿਰ ਮੁਰਾ ਚਾਰ ਸਾਨੂੰ ਖੜਕਾਉਣੀ ਪੈਣੀ ਕਿਤੇ ਸੋਣੀ ਚਿੱਤ ਚੋਵੇ ਅੱਜ ਮੈਨੂੰ ਪਤਾ ਲੱਗਿਆ ਵੀ ਉੱਥੇ ਪੱਥਰਬਾਜ਼ੀ ਚਲਾਈ ਐ ਉਲਟਾ ਅਥਰੂ ਗਾਇਸ ਮਾਤਰ ਪੁਲਸ ਤੋਂ ਕਹਿ ਕੇ ਮੋਦੀ ਨੇ ਗ੍ਰਹਿ ਮੰਤਰੀ ਨੇ ਅਥਰੂ ਗਏ ਸਾਡੇ ਦੇ ਸਟੈਗ ਨੇ ਸਾਡੇ ਕਿਸਾਨਾਂ ਤੇ ਜਿਹੜੇ ਲੜ ਰਹੇ ਨੇਗੇ ਮੈਂ ਦੁਬਾਰਾ ਫੇਰ ਸਰਕਾਰ ਨੂੰ ਚੇਤਾਵਨੀ ਦੇ ਦਿੰਨਾ ਉਹ ਸਾਨੂੰ ਅੱਡ ਨਾ ਸਮਝੇ ਕੋਈ ਵੀ ਸਾਡਾ ਕਿਤੇ ਲੜਦਾ ਸਾਨੂੰ ਗੁੱਸਾ ਦੋ ਲੀ ਸਾਡੇ ਕਿਸਾਨਾਂ ਤੇ ਕੋਈ ਗੁਸਾਨੀ ਕਿ ਉਹ ਲੀਡਰ ਜਿੱਦਨ ਮਰਜ਼ੀ ਲੈ ਜਾਣਗਾ ਮਤਲਬ ਕਿਸਾਨਾਂ ਨੂੰ ਉਹ ਗਏ ਨੇ ਸਾਡੀ ਨੌਜਵਾਨੀ ਵਧੀਆ ਕੰਮ ਕਰਦੀ ਐ ਸਾਡਾ ਨੌਜਵਾਨਾਂ ਤੇ ਕੋਈ ਤਰਾਜ ਨਹੀਂ ਜੇ ਉਧਰ ਦਿੱਲੀ ਕੰਨੀ ਬਾਕੇ ਜਿਹੜੇ ਲੋਕ ਤਾਕਤਾਂ ਲਗੀਆਂ ਐ ਸਾਡਾ ਰੋਸ ਉਹਨਾਂ ਨਾਲ ਐ ਗਾਹਾਂ ਨੂੰ ਸਰਕਾਰ ਇਸ ਗੱਲ ਤੋਂ ਬਾਦ ਆ ਜੇ ਸਾਰੇ ਮੈਂ ਭਾਰਤ ਦੇ ਲੋਕਾਂ ਨੂੰ ਬੇਨਤੀ ਕਰ ਦੋਲਨ ਬਰਾ ਠੰਡੇ ਬਧਾ ਪਰ ਗੱਲ ਮੈਂ ਇੱਕ ਕਰਨੀ ਚਾਹੁੰਨਾ ਅਸਲ ਦੋਨੋਂ ਨਹੀਂ ਸਾਡਾ 26 ਤਰੀਕ ਨੂੰ ਸ਼ੁਰੂ ਹੋਇਆ ਹੁਣ ਜੋ ਖੜਦਾਂਬਾ ਮਚਾਉ ਉਤੀ ਜੋ ਦੋਨਾਂ ਨੂੰ ਪਾਸੇ ਲਿਜਾਉ ਉਤੀ ਜੋੜੋ ਲੋੜੇ ਲੈ ਕੇ ਗਏ ਜੀ ਉਹ ਇਥੇ ਆਪਦੀ ਭਾਜ ਦੇਗੇ ਨਗੇ ਹੁਣ ਜੇ ਆਰਐਸਐਸ ਦਾ ਸਾਡੇ ਨਾਲ ਪੰਗਾ ਲਊਗੀ ਤਾਂ ਸਰਕਾਰ ਇਹ ਜੇ ਕਹਿਦੀ ਏ ਇੱਕ ਨਵਾਂ ਪੰਗਾ ਪਾਉਗੀ ਮੈਂ ਕਹਿੰਦਾ ਜੇ ਫਿਰ ਸਰਕਾਰ ਨੇ ਪਾਉਣਾ ਹੀ ਆ ਸਾਡੇ ਨਾਲ ਫਿਰ ਕਰ ਲੈ ਸਰਕਾਰ ਪਾਸੇ ਹੋ ਜੇ ਫਿਰ ਸਾਡੇ ਨਾਲ ਦਿਨ ਮੰਨਣ ਉਹ ਤੇ ਫਿਰ ਅਸੀਂ ਸਨਿਹਾਬ ਤਾਂ ਦੇ ਦਨੇ ਆਪਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਧਣਾਂ ਨੇ ਫਿਰ ਨਾ ਭਈ ਅਸੀਂ ਮਰ ਗਏ ਉਹਨਾਂ ਤੇ ਪਰਚਾ ਦਰਦੇ ਨਾ ਕਰਿਓ ਜੋ ਮਰ ਗਏ ਮ ਸਾਡੇ ਦੇ ਵਰਤਨਾਦਰ ਜੋ ਫਿਰ ਲਕੀਰ ਕੱਢ ਕੇ ਪੱਤੇ ਦਿਖਾ ਕੇ ਲੜੀਏ ਨਾ ਕੋਝੀਆਂ ਗੱਲਾਂ ਨਾਲ ਨਾਲ ਲੜੀਏ ਤੁਸੀਂ ਤੋਰਦਾਨੇ ਉਹ ਕਦੇ ਕਿਤੇ ਪੱਥਰਬਾਜ਼ੀ ਕਰਾਤੀ ਕਦੇ ਰਾਜਸਥਾਨ ਦੇ ਜਾ ਕੇ ਪਾਏ ਮੁੰਡਿਆਂ ਤੇ ਲਾਠੀ ਜਾਰਜ ਕਰਾਤਾ ਗੁੰਡਿਆਂ ਤੋਂ ਕਦੇ ਆ ਕੇ ਅੱਜ ਵਾਲੇ ਪੰਨੂ ਵਾਲੇ ਤੇ ਉੱਥੇ ਸਟੇਜ ਦੇ ਉੱਤੇ ਰੋੜੇ ਬਾਜ਼ੀ ਕਰਾਤੀ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਹ ਅੱਜ ਮੀਟਿੰਗ ਦੇ ਵਿੱਚ ਏਜੰਡਾ ਵੀ ਬਚਾ ਰਿਹਾ ਜਾਊਗਾ ਇਹਦੇ ਬਾਰੇ ਕੀ ਕਰਨਾ ਪੂਰਾ ਬਾਰ ਕੇ ਸੋਚਿਆ ਜਾਊਗਾ ਅਗਲੀ ਗੱਲ ਜੇ ਕਿਸੇ ਮੇਰੇ ਰੋਧੂ ਸਿੰਘ ਆ ਬੋਲਦਾ ਹੋਵੇ ਮੇਰੇ ਬੋਲਣ ਤੇ ਸਟੇਜ ਤੇ ਕੋਈ ਉਸ ਦੇ ਮਤਵ ਨਾਲ ਮੇਰੇ ਖਿਲਾਫ ਟਿੱਪਣੀਆਂ ਖਿਲਾਫ ਹੋਵੰਗੀਆਂ ਹੁਣ ਵੀ ਇਹ ਲੀਡਰ ਮੋਰੀ ਨਹੀਂ ਆਉਣਾ ਚਾਹੀਦਾ ਇਹਤੇ ਵੀ ਅਸੀਂ ਵਿਚਾਰ ਕਰਾਂਗੇ ਜਿਹੜੇ ਲੀਡਰ ਦੇ ਖਿਲਾਫ ਕੋਈ ਕੋਈ ਮਤਲਬ ਬੋਲਦਾ ਵੀ ਇਹ ਲੀਡਰ ਮੋਰੀ ਨਹੀਂ ਆਉਣਾ ਚਾਹੀਦਾ ਉਹਦੇ ਬਾਰੇ ਵੀ ਅਸੀਂ ਸੁਣਾਂਗੇ ਅੱਜ ਮੇਰੀ ਇੰਨੀ ਗੱਲ ਸੀ ਅ ਰੋਲਦੁਸੇਂ ਮਾਨਸਾ ਜੀ ਇੱਕ ਬਹੁਤ ਸਾਰਾ ਸਵਾਲ ਆ ਰਿਹਾ ਲੋਕਾਂ ਦਾ ਚੱਲਦੇ-ਚੱਲਦੇ ਵਿੱਚ ਕਿ ਉਥੋਂ ਇੱਕ ਨੌਜਵਾਨ ਨੂੰ ਪੁਲਿਸ ਚੁੱਕ ਕੇ ਲੈ ਗਈ ਆ ਉਹਦੀ ਪੱਗ ਪੈਰਾਂ ਦੇ ਵਿੱਚ ਰੋਲ ਕੇ ਉਹਨੂੰ ਚੁੱਕ ਕੇ ਲੈ ਗਈ ਉਹਦੇ ਬਾਰੇ ਕੀ ਆਪਾਂ ਵਿਚਾਰ ਕਰਾਂਗੇ ਉਹਨਾਂ ਦੇ ਕੀ ਸਰਕਾਰ ਤੇ ਦਬਾਬ ਬਣਾਵਾਂਗੇ ਮਤਲਬ ਇੱਕ ਬੇਨਤੀ ਆ ਵੀ ਅਸੀਂ ਜਿੱਦੇ ਸਰਕਾਰ ਨਾਲ ਸਾਡਾ ਕੋਈ ਸਮਝ ਉਪਤ ਹੋ ਪਹਿਲਾਂ ਨਹੀਂ ਸਰਕਾਰ ਕਦੇ ਮੰਨਦੀ ਹੁੰਦੀ ਉਹ ਸਾਡੇ ਦੇ ਸ਼ਕਤੀਬੰਦਾਂ ਤੇ ਪਰਚੇ ਪਾਤੇ ਸਾਨੂੰ ਵੀ ਅੰਦਰ ਭੇਜੂ ਮੈਨੂੰ ਪੱਕਾ ਯਕੀਨ ਹੈ ਜਿੰਨਾ ਚਿਰ ਮੋਦੀ ਦੀ ਸਰਕਾਰ ਰਹੂ ਅਸੀਂ ਜੇਲ੍ਹ 'ਚ ਰਹਾਂਗੇ ਲਾਜ਼ਮੀ ਪਰ ਜਿੱਦੇ ਕੋਈ ਸਰਕਾਰ ਨਾਲ ਗੱਲ ਤਾਇ ਹੋਊਗੀ ਪਹਿਲਾਂ ਉਹ ਨੌਜਵਾਨਾਂ ਬਾਰੇ ਸੋਚਿਆ ਜਾਊਗਾ ਮੈਂ ਪਹਿਲਾਂ ਵੀ ਕਹਿੰਦਾ ਜੋ ਟਰੈਕਟਰਾਂ ਤੇ ਖਰਚ ਹੋਊ ਕਰਾਂਗੇ ਉਹਨਾਂ ਦੇ ਕੇਸਾਂ ਦੇ ਪੈਸਾ ਲੱਗੂ ਅਸੀਂ ਲਾਵਾਂਗੇ ਜੇ ਸਾਡੀ ਕੱਲੇ ਉਸ ਨੌਜਵਾਨ ਦੀ ਪੱਗ ਨਹੀਂ ਥੱਲੇ ਰੋਲੀ ਗਈ ਅਸੀਂ ਹਰਿਆਣਵੀ ਵਾਲੇ ਪੱਗ ਬੰਨਦੇ ਆ ਉਹਨਾਂ ਦੀ ਪੱਗ ਰੋਲੀ ਗਈ ਜੁਪੀ ਵਾਲੇ ਪੱਗ ਬੰਨਦੇ ਨੇ ਖੁਸ਼ ਲੋਕ ਉਹਨਾਂ ਦੀ ਪੱਗ ਥੱਲੇ ਰੋਲੀ ਗਈ ਰਾਜਸਥਾਨ ਦੇ ਸਾਡੇ ਨਾਲ ਵਧੀਆ ਪੱਗ ਬੰਨਦੇ ਨੇ ਉਹਨਾਂ ਦੀ ਪੱਗ ਰੋਲੀ ਗਈ ਸਿੱਖ ਅਸੀਂ ਖਾਸ ਸਿੱਖ ਹੁੰਦੇ ਆ ਖਾਸ ਕਰਕੇ ਪੱਗ ਨੂੰ ਪਿਆਰ ਕਰਦੇ ਆ ਸਾਰੇ ਭਾਰਤ ਦੇ ਲੋਕਾਂ ਦੀ ਪੱਗ ਥੱਲੇ ਰੋਲੀ ਗਈ ਕੱਲੇ ਨੌਜਵਾਨ ਨੇ ਇਹ ਸਰਕਾਰ ਦਾ ਇਸ ਨਾਲ ਪੂਰਾ ਨਿਉਦਾ ਨੂੰ ਪਾਵਾਂਗੇ ਤੇ ਉਹਦੇ ਨਾਲ ਗੱਲਬਾਤ ਕਰਾਂਗੇ ਇੱਕ ਬਹੁਤ ਸਾਰੇ ਲੋਕ ਸਵਾਲ ਇਹ ਚੁੱਕਦੇ ਨੇ ਸ਼ਰਾਤੀ ਕਿ ਇਹ ਤਾਂ ਜੀ ਸਰਕਾਰ ਦੇ ਨਾਲ ਰਲ ਕੇ ਚਾਲਾਂ ਘੇੜ ਰਹੇ ਨੇ ਐ ਕਰ ਰਹੇ ਨੇ ਐ ਕਰ ਰਹੇ ਨੇ ਉਹਨਾਂ ਨੂੰ ਆਪਾਂ ਕੀ ਕਹਿਣਾ ਚਾਹੁੰਦੇ ਆ ਮਨਨ ਨੂੰ ਬੇਨਤੀ ਕਰਦਾ ਜੋ ਪਹਿਲਾਂ ਉਹਨਾਂ ਨੇ ਕੁਝ ਕਰ ਲਿਆ ਕਰ ਲਿਆ ਜਿਹੜੀ ਖੇਖੰਡਿਆਲੀ ਜਿਹੜੀ ਨੌਜਵਾਨੀ ਉਹਨਾਂ ਦੇ ਮੰਗਰਤੀ ਉਹਨਾਂ ਦੇ ਕਹੇ ਤੋਂ ਚੱਲਦੀ ਸੀ ਉਹ ਸ਼ਰਾਰਤੀ ਅੰਸਰਾਂ ਦੇ ਹੁਣੇ ਨੌਜਵਾਨੀ ਛੱਤਰ ਮਾਰੇ ਸਾਥੋਂ ਬੁੜਿਆਂ ਤੋਂ ਨਾ ਕਹਾ ਬੀ ਖੁਦ ਮੈਂ ਬੇਨਤੀ ਕਰਦਾ ਉਹਨਾਂ ਨੂੰ ਦਿਰਫਟੇ ਨੂੰ ਕਹੇ ਸਾਡਾ ਚਾਹਤੀ ਦਾ ਮੋਹਰ ਲਾਈ ਬੈਠਿਆ ਕਹਤਾ ਸੀ ਵੀ ਜਮਾ ਕੋ ਡਰਦਾ ਨਹੀਂ ਮੈਂ ਰੋਦਸ ਕੋਈ ਗੱਲ ਡਰਦਾ ਪਰ ਨੌਜਵਾਨੀ ਸੋਚੇ ਜਿਹੜੇ ਬੰਦਿਆਂ ਨੇ ਗਲਤ ਰਸਤੇ ਪਾਏ ਹੈ ਖਾਂਛੇ ਕਰਕੇ ਪੰਜਾਬ ਵਾਲਿਆਂ ਮਗਰ ਪਏ ਜਿਹੜੇ ਪੰਜਾਬ ਚੋਂ ਨੇ ਨੌਜਵਾਨਾਂ ਨੂੰ ਗਲਤ ਰਸਤੇ ਪਾਇਆ ਉਹ ਪਿੰਡਾਂ ਦੇ ਨਾਲ ਬੰਨ ਲੈਂਦੇ ਨੇ ਉਹਨਾਂ ਨੂੰ ਉਹਨਾਂ ਦੀ ਗੱਲ ਨਾ ਸੁਣਨਾ ਏਸੀ ਤਾਂ ਤੁਸੀਂ ਨੌਜਵਾਨੋਂ ਤੁਸੀਂ ਨਹੀਂ ਸਮਝੇ ਦੀ ਅਜੇ ਤਾਂ ਪੰਜਾਬ ਚੋਂ ਜਿਹਨੇ ਅਡਰਸ ਰੇਜ ਲਾ ਲਈ ਜੇ ਤਾਂ ਉਦ ਦੀ ਸਮਝ ਗਈ ਦੀਗੇ ਇਤੋਂ ਤੁਸੀਂ ਆਪਦੀ ਸਟੇਜ ਦੇ ਲਵਿੰਗ ਲੱਗਣ ਦਿੱਤਾ ਤੀਗਾ ਅੱਛਾ ਇਸ ਕਰਕੇ ਹੁਣ ਤੁਸੀਂ ਸਿਆਣੇ ਹੋ ਉਹਨਾਂ ਨੂੰ ਪਾਓ ਲਹਨਤਾਂ ਪਾਓ ਤੁਸੀਂ ਦੋਲਣ ਖਰਾਬ ਕਰਤਾ ਤੇ ਦੁਬਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਦੋਲਣ ਦੇ ਵਿੱਚ ਸ਼ਾਮਲ ਹੋ ਤੁਸੀਂ ਆਕੇ ਪਹਿਰਾ ਦਿਓ ਵਾਰੰਟੀ ਯਾਰ ਬਣੋ ਆਉਣਾਂ ਸੰਸਥਾ ਦੇ ਲੀਡਰ ਬਣਨਾ